ਜੈ ਬਾਬਾ ਬਰਫਾਨੀ, ਭੁੱਖੇ ਕੌਣ ਪਿਆਸੇ ਕੋ ਪਾਣੀ, ਜੈ ਸ਼੍ਰੀ ਰਾਮ। ਮੇਰੇ ਔਰ ਮੇਰੇ ਪਰਿਵਾਰ ਵੱਲੋਂ ਦ ਸਟੈਂਡਰਡ ਨਿਊਜ਼ ਦੇ ਸੰਸਥਾਪਕ ਔਰ ਪੂਰੀ ਟੀਮ ਨੂੰ ਬਹੁਤ ਬਹੁਤ ਨਵੀਂ ਵਰਸਗਾਲ 'ਤੇ ਸ਼ੁਭਕਾਮਨਾਵਾਂ। ਇਹਨਾਂ ਦੇ ਜਦੋਂ 9 ਸਾਲ ਪਹਿਲਾਂ ਜਦੋਂ ਇਹਨਾਂ ਸਟਾਰਟ ਕੀਤੀ ਸਟੈਂਡਰਡ ਨਿਊਜ਼, ਉਸ ਤੋਂ ਬਾਅਦ ਇਹਨਾਂ ਤਰੱਕੀ ਕਰਦੇ ਕਰਦੇ ਹਿਮਾਚਲ ਪ੍ਰਦੇਸ਼, JNK ਔਰ ਰਾਜਸਥਾਨ 'ਚ ਇਹਨਾਂ ਟੀਮ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ। ਉੱਥੋਂ ਵੀ ਕਰਨੀ ਸੈਨਾ ਦੇ ਜਿਹੜੇ ਮੇਰੇ ਅਹੁਦੇਦਾਰ ਹੈਗੇ ਉੱਥੇ, ਕਰਨੀ ਸੈਨਾ ਵੱਲੋਂ ਮੈਨੂੰ ਫੋਨ ਆਉਂਦਾ ਰਹਿੰਦਾ, ਇਹਨਾਂ ਦੀਆਂ ਖਬਰਾਂ ਬਹੁਤ ਵਧੀਆ ਲੱਗਦੀਆਂ। ਔਰ ਜੋ ਜਿਹੜੀ ਖਬਰ ਸਾਨੂੰ ਦੂਜੇ ਦਿਨ 12 ਘੰਟੇ ਬਾਅਦ ਸੁਣਨ ਨੂੰ ਮਿਲਦੀ ਅਖਬਾਰਾਂ ਵਿੱਚ, ਉਹ ਸਾਨੂੰ 12 ਘੰਟੇ ਪਹਿਲਾਂ ਹੀ ਇਹਨਾਂ ਦੇ ਥਰੂ ਪਤਾ ਲੱਗ ਜਾਂਦੀ ਹੈ ਖਬਰ। ਔਰ ਮੈਂ ਮਹਾਮਾਈ ਅੱਗੇ ਉਹਨਾਂ ਦੇ ਚਰਨ 'ਚ ਇਹੀ ਦੱਸ ਕਰਦਾ ਕਿ ਇਹ ਸਟੈਂਡਰਡ ਨਿਊਜ਼ ਇੱਦਾਂ ਤਰੱਕੀ ਕਰਦੇ ਰਹੇ, ਨੰਬਰ 1 'ਤੇ ਇਹ ਪੂਰੇ ਵਰਲਡ ਵਿੱਚ ਛਾ ਜਾਵੇ। ਔਰ ਇਸ ਟਾਈਮ ਤੋਂ ਪਹਿਲੀ ਗੱਲ ਤਾਂ ਉੱਦਾਂ ਹੀ ਛਾਈ ਪਈ ਹੈ, ਇਸ ਟਾਈਮ ਪੰਜਾਬ ਵਿੱਚ ਸਟੈਂਡਰਡ ਨਿਊਜ਼ ਬਹੁਤ ਵਧੀਆ ਖਬਰਾਂ ਲਿਖਦੇ ਆ। ਔਰ ਮੇਰੇ ਵੱਲੋਂ ਇਹਨਾਂ ਦੀ ਟੀਮ ਵੱਲੋਂ ਔਰ ਵਿਸ਼ੇਸ਼ ਕਰ ਸੰਦੀਪ ਡੋਗਰਾ ਜੀ ਨੂੰ ਔਰ ਉਹਨਾਂ ਦੇ ਸੰਯੋਜਕ ਸੋਨੂ ਜੀ ਨੂੰ ਬਹੁਤ ਬਹੁਤ ਢੇਰ ਸਾਰੀਆਂ ਸ਼ੁਭਕਾਮਨਾਵਾਂ। ਜੈ ਸ਼੍ਰੀ ਰਾਮ।